ਵਿੱਚ ਮੰਗਣ ਗਿਆ ਅਤੇ ਜਦੋਂ ਉਹਨੇ ਦਰਵਾਜ਼ੇ 'ਤੇ ਜਾ ਕੇ ਅਲਖ ਜਗਾਈ ਨਾ ਤਾਂ ਉਹਨੇ ਸਾਹਮਣੇ ਵੇਖਿਆ ਮਾਈ ਬਹੁਤ ਮਸਤ ਹੋ ਕੇ ਕੁੰਡੇ ਵਿੱਚ ਉਹਨੇ ਮਿਰਚਾਂ ਪਾਈਆਂ ਨੇ ਅਤੇ ਘੋਟਣੇ ਨਾਲ ਕੁੱਟ ਰਹੀ ਹੈ। ਹੁਣ ਤਾਂ ਸਿਸਟਮ ਬਦਲ ਗਏ ਨੇ, ਇਲੈਕਟ੍ਰੀਸਿਟੀ ਸਿਸਟਮ ਹੈ, ਸਾਰਾ ਕੁਝ ਉਹਦੇ ਵਿੱਚ ਗਰਿੰਡਰ ਵਿੱਚ ਹੀ ਪੀਸ ਹੋ ਜਾਂਦਾ। ਪਹਿਲਾਂ ਲੋਕ ਲੂਣ ਪਾ ਕੇ ਮਿਰਚਾਂ ਕੁੰਡੇ ਵਿੱਚ ਕੁੱਟਦੇ ਸੀ, ਤਾਂ ਉਹ ਮਾਈ ਕੁੰਡੇ ਵਿੱਚ ਮਿਰਚਾਂ ਕੁੱਟ ਰਹੀ ਹੈ, ਬਹੁਤ ਮਸਤ ਹੋਈ ਹੈ। ਸਾਧੂ ਦਰਵਾਜ਼ੇ ਵਿੱਚ ਖਲੋ ਕੇ ਵੇਖ ਰਿਹਾ। ਉਸ ਮਾਈ ਨੇ ਹੱਥ ਦੇ ਅੰਦਰ ਕਈ ਪ੍ਰਕਾਰ ਦੀਆਂ ਵੰਗਾਂ ਪਾਈਆਂ ਹੋਈਆਂ ਸੀ, ਜਿਵੇਂ ਇਸਤਰੀ ਦਾ ਸਤਕਾਰ ਹੁੰਦਾ, ਇਹ ਸ਼ਿੰਗਾਰ ਵਿੱਚ ਆਉਂਦਾ, ਭਾਵੇਂ ਗੁਰਮਤ ਵਿੱਚ ਇਹ ਚੀਜ਼ ਨਹੀਂ। ਤਾਂ ਜਦੋਂ ਉਹ ਮਾਈ ਨੇ ਕਈ ਪ੍ਰਕਾਰ ਦੀਆਂ ਕਿੰਨੀਆਂ ਵੰਗਾਂ ਪਾਈਆਂ, ਜਦੋਂ ਉਹ ਕੁੰਡੇ ਦੇ ਨਾਲ ਘੋਟਣੇ ਵਿੱਚ ਮਿਰਚਾਂ ਕੁੱਟੇ, ਉਹ ਵੰਗਾਂ ਦੀ ਛਣਕਾਟ ਜਿਹੜੀ ਸੀ ਉਸ ਮਾਈ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੈਂ ਵਾਰ ਵਾਰ ਮਿਰਚਾਂ ਕੁੱਟਦੀ ਹਾਂ, ਵੰਗਾਂ ਟੁੱਟ ਨਾ ਜਾਣ। ਇਹ ਵੰਗਾਂ ਉਹਨੇ ਪਿਆਰ ਨਾਲ ਲਈਆਂ ਸਨ ਜਾਂ ਉਹਦੇ ਘਰਦੇ ਨੇ ਦਿੱਤੀਆਂ ਨੇ, ਉਹਨੇ ਫਿਰ ਕੀ ਕੀਤਾ, ਵੰਗਾਂ ਨਾ ਟੁੱਟ ਜਾਣ, ਮਿਰਚਾਂ ਕੁੱਟਣੀਆਂ ਔਖੀਆਂ ਸਨ। ਉਹ ਸਾਧੂ ਵੇਖਦਾ, ਉਹਨੇ ਇੱਕ ਇੱਕ ਕਰਕੇ 2, 4, 10 ਵੰਗਾਂ ਲੱਗ ਕੇ ਰੱਖ ਦਿੱਤੀਆਂ। ਹੁਣ ਉਹਦੇ ਹੱਥ ਵਿੱਚ 2 ਵੰਗਾਂ ਸਿਰਫ ਰਹਿ ਗਈਆਂ। ਉਹ ਫਿਰ ਮਿਰਚਾਂ ਕੁੱਟ ਰਹੀ ਹੈ, ਉਹ 2 ਵੰਗਾਂ ਵੀ ਆਪਸ ਵਿੱਚ ਖੜਕ ਰਹੀਆਂ ਨੇ। ਕਹਿੰਦੇ ਨੇ ਸਾਧੂ ਵੇਖ ਰਿਹਾ, ਉਹਨੇ ਉਹਦੇ ਵਿੱਚੋਂ ਵੀ 1 ਵੰਗ ਲਾਹ ਦਿੱਤੀ, ਸਾਰੀਆਂ ਵੰਗਾਂ ਹੱਥ ਵਿੱਚੋਂ ਲਾਹਣੀਆਂ। ਉਹਦੇ ਮਨ ਵਿੱਚ ਐਂ ਸੀ, ਇਹ ਮੇਰੇ ਸੁਹਾਗ ਦਾ ਸ਼ਿੰਗਾਰ ਹੈ, ਸਾਰੀਆਂ ਕਿਵੇਂ ਲਾਹ ਦਾਂ। ਉਹਨੇ ਵੰਗਾਂ ਲਾਹ ਦਿੱਤੀਆਂ, 1 ਵੰਗ ਹੱਥ ਵਿੱਚ ਰਹਿ ਗਈ। ਤਾਂ ਫਿਰ ਜਦੋਂ ਮਿਰਚਾਂ ਕੁੱਟ ਰਹੀ ਹੈ, ਉਹ ਵੰਗ ਖੜਕ ਨਹੀਂ ਸੀ ਰਹੀ, ਕਿਉਂਕਿ ਇਕੱਲੀ ਨਹੀਂ ਖੜਕੇ ਗਈ। 1 ਵੰਗ ਤਾਂ ਹੱਥ ਵਿੱਚ ਖੜਾਹਟ ਛਣਕਾਟ ਨਹੀਂ ਕਰੇਗੀ, ਤਾਂ ਉਹਨਾਂ ਹੱਥਾਂ ਨਾਲ ਫਿਰ ਕੁੰਡੇ ਨਾਲੋਂ ਮਿਰਚਾਂ ਕੁੱਟ ਰਹੀ ਹੈ। ਸਾਧੂ ਵੇਖ ਰਿਹਾ, ਉਹਨੇ ਵੇਖ ਕੇ ਇਸੇ ਗੱਲ ਤੋਂ ਇੱਕ ਸਿੱਖਿਆ ਧਾਰਨ ਕਰ ਲਈ। ਜਦੋਂ ਉਹਨੇ ਉੱਚੀ ਅਲਖ ਜਗਾਈ, ਉਹ ਮਾਈ ਨੇ ਆਪਣੀਆਂ ਮਿਰਚਾਂ ਕੁੱਟਦਿਆਂ ਛੱਡ ਕੇ ਲਿਆ ਕੇ ਆਟਾ ਪਾਇਆ ਅਤੇ ਨਾਲ ਕਹਿੰਦੀ, ਬਾਬਾ ਮੇਰੇ ਘਰ ਵਿੱਚ ਸੁੱਖ ਹੋਵੇ, ਕੋਈ ਆਸ਼ੀਰਵਾਦ ਦੇ ਕੇ ਜਾ। ਅਤੇ ਉਸ ਬਾਬੇ ਨੇ ਇੱਕੋ ਗੱਲ ਕਹੀ, ਫਕੀਰ ਨੇ, ਕਹਿਣ ਲੱਗਾ, ਮਾਈ ਤੈਨੂੰ ਮੈਂ ਕੀ ਆਸ਼ੀਰਵਾਦ ਦੇਣਾ, ਮੈਂ ਤਾਂ ਤੇਰੇ ਕੋਲੋਂ ਕੁਝ ਸਿੱਖ ਕੇ ਚੱਲੇ। ਉਹਨੇ ਕਿਹਾ, ਬਾਬਾ ਮੈਂ ਤੇ ਬੋਲਿਆ ਹੀ ਕੁਝ ਨਹੀਂ, ਮੇਰੇ ਕੋਲੋਂ ਕੀ ਸਿੱਖਿਆ। ਕਹਿਣ ਲੱਗਾ, ਭੈਣੇ ਕਦੋਂ ਦਾ ਮੈਂ ਵੇਖ ਰਿਹਾ, ਤੇਰੇ ਹੱਥ ਦੀਆਂ ਵੰਗਾਂ ਛਣਕ ਰਹੀਆਂ ਸੀ, ਤੂੰ 1-1, 2-2 ਕਰਕੇ ਲਾਹ ਦਿੱਤੀਆਂ, ਹੱਥ ਵਿੱਚ ਕੋਈ ਵੰਗ ਰਹਿ ਗਈ, ਮਿਰਚਾਂ ਕੁੱਟਦਿਆਂ ਹੁਣ 1 ਵੰਗ ਖੜਕੀ ਨਹੀਂ, ਸਭ ਖੜਾਕਾ ਖਤਮ ਹੋ ਗਿਆ। ਇਹੋ ਸਿੱਖਣ ਵਿੱਚ ਮੈਂ ਸਿੱਖਿਆ ਲੈ ਲਈ, ਜਿੰਨੀ ਦੇਰ ਬੰਦੇ ਦੇ ਮਨ ਵਿੱਚ ਦੁਵੇਸ਼ ਹੈ, ਉੱਨੀ ਦੇਰ ਝਗੜਾ, ਕਲੇਸ਼, ਕੱਲ ਕਲੇਸ਼ ਸਭ ਕੁਝ ਰਹਿੰਦਾ। ਜਿੱਦਣ ਸਭ ਕੁਝ ਛੱਡ ਕੇ 1 ਨਾਲ ਜੁੜ ਜਾਏ, ਉੱਦਣ ਉਹਦੇ ਘਰ ਦਾ ਖੜਾਕ ਕਲੇਸ਼ ਖਤਮ ਹੋ ਜਾਂਦਾ। ਭਾਈ ਤੇਰੇ ਮਨ ਅੰਦਰ ਇਹ ਤਾਈਓਂ ਦੁਬਦਾ ਕਰਕੇ, ਮਨ ਵਿੱਚ ਦੁਬਦਾ ਹੈ ਤੇ ਮਨ ਮਲੀਨ ਹੈ, ਇਹ ਬੁਰੇ ਪਾਸੇ ਤੁਰਦਾ। ਜਿੱਦਣ 1 ਉੱਤੇ ਵਿਸ਼ਵਾਸ ਟਿਕ ਗਿਆ, ਉੱਦਣ ਜੋ ਉਹ ਦਵੇ ਸਾਧ ਸੰਗਤ, 1 ਅਕਾਲ ਪੁਰਖ ਰੱਬ ਤੇ ਵਿਸ਼ਵਾਸ ਬਣਦਾ, ਫਿਰ ਮਨ ਵਹਿਮਾਂ ਭਰਮਾਂ ਵਿੱਚ ਦੁਖੀ ਨਹੀਂ ਹੁੰਦਾ। ਇਹ ਦਾਤੇ ਦੇ ਦਿੱਤੇ ਸੁੱਖਾਂ ਵਿੱਚ ਵੀ ਸੁਖੀ ਹੈ, ਫਿਰ ਦੁੱਖ ਵਿੱਚ ਵੀ ਸੁਖੀ ਰਹਿਣ ਲੱਗ ਪੈਂਦੇ। ਮਾਈ ਮੈਂ ਤਾਂ ਤੇਰੇ ਤੋਂ ਸਿੱਖਿਆ, 1 ਵੰਗ ਰਹਿ ਜਾਏ ਤੇ ਖੜਾਕ ਮੁੱਕ ਜਾਂਦਾ। ਰੱਬ 1 ਪਰਮਾਤਮਾ ਨਾਲ ਕਿਸੇ ਦੀ ਸੁਰਤ ਜੁੜ ਜਾਏ, ਉਹਦੇ ਜੀਵਨ ਦੇ ਝਮੇਲੇ ਮੁੱਕ ਜਾਂਦੇ ਨੇ। ਤਾਂਹੀਓ ਸਾਹਿਬ ਨੇ ਕਿਹਾ, 1 ਜਪ 1 ਸਲਾਹ, 1 ਨੂੰ ਜਪਿਆ ਕਰ, 1 ਦੀ ਸਿਫਤ ਸਲਾਹ ਕਰ। 1 ਜਪ 1 ਸਲਾਹ,
ਇੱਕ ਸਿਮਰ ਕੋ ਮਨ ਇੱਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇੱਕ ਭਗਵੰਤ।